ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀ, ਮੈਂ ਤੁਹਾਡੀ ਪੰਜਾਬੀ ਦੀ ਟੀਚਰ ਸੁਨੀਤਾ। ਅੱਜ ਤੁਹਾਨੂੰ 6ਵੀਂ ਜਮਾਤ ਦਾ ਦੂਜਾ ਪਾਠ ਕਰਵਾ ਰਹੀ ਹਾਂ, ਠੀਕ ਹੈ। ਪਹਿਲੇ ਮੈਂ ਪਾਠ ਕਰਵਾਇਆ ਸੀ ਜਿਹਦਾ ਨਾਮ ਸੀ ਨਿੱਕੇ ਬੱਚੇ, ਯਾਨੀ ਕਿ ਬੱਚੇ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਔਰ ਦੱਸਦੇ ਨੇ, ਠੀਕ ਹੈ। ਉਹ ਸੀ ਕਵਿਤਾ ਔਰ ਦੂਜੀ ਹੈ ਕਹਾਣੀ, ਠੀਕ ਹੈ। ਹੁਣ ਕਰਦੇ ਹਾਂ ਆਪਾਂ ਸਟਾਰਟ ਕਹਾਣੀ। ਇੱਕ ਦਾਦੀ ਅੰਮਾ ਆਉਂਦੀ ਹੈ, ਦਾਦੀ ਅੰਮਾ ਬਾਰੇ ਬੱਚਿਆਂ ਬਾਰੇ ਕਹਾਣੀ ਦੇ। ਦਾਦੀ ਅੰਮ ਆ ਗਏ ਫਤਿਹ ਅਭੀ ਗੁੱਡੀ ਅਮਰ ਅੰਸ਼, ਦਾਦੀ ਅੰਮ ਆ ਗਏ। ਅਨੰਤਦੀਪ ਨੇ ਖੁਸ਼ ਹੁੰਦਿਆਂ ਸਭ ਨੂੰ ਆਵਾਜ਼ ਲਗਾਈ। ਸਾਰੇ ਬੱਚੇ ਭੱਜ ਕੇ ਬਾਹਰ ਆਉਂਦੇ ਹਨ ਅਤੇ ਦਾਦੀ ਮਾਂ ਦੀਆਂ ਲੱਤਾਂ ਨਾਲ ਚਿੰਬੜ ਜਾਂਦੇ ਹਨ। ਮਾਂ ਸਦਕੇ ਇੰਨੇ ਉੱਧਰ ਗਏ ਹੋ, ਯਾਨੀ ਕਿ ਉਹ ਦਾਦੀ ਅੰਮਾ ਕਹਿੰਦੇ ਨੇ ਕਿ ਮਾਂ ਸਦਕੇ ਹਾਂ, ਮੈਂ ਸਦਕੇ ਹਾਂ ਕਿ ਤੁਸੀਂ ਇੰਨੇ ਉਦਾਸ ਹੋ ਗਏ ਹੋ, ਮੇਰੇ ਰੋਣੇ ਪੌਣੇ ਹੁੰਦਾ ਹੈ ਬੱਚੇ ਹੋ, ਠੀਕ ਹੈ। ਅਜੇ ਤਾਂ ਮੈਨੂੰ ਗਈ ਨੂੰ ਇੱਕ ਹਫ਼ਤਾ ਵੀ ਨਹੀਂ ਹੋਇਆ। ਅੱਛਾ, ਮੈਨੂੰ ਅੰਦਰ ਤਾਂ ਆ ਲੈਣ ਦਿਓ, ਦਾਦੀ ਅੰਮਾ ਨੇ ਸਭ ਨੂੰ ਪਿਆਰ ਦਿੰਦਿਆਂ ਕਿਹਾ। ਦਾਦੀ ਅੰਮਾ ਅੰਦਰ ਆਉਂਦੇ ਹਨ, ਪਰਿਵਾਰ ਦੇ ਸਾਰੇ ਜੀਆਂ ਨੂੰ ਮਿਲਦੇ ਹਨ, ਆਸ਼ੀਰਵਾਦ ਦਿੰਦੇ ਹਨ ਅਤੇ ਬੱਚਿਆਂ ਨੂੰ ਉਹਨਾਂ ਦੇ ਮਨਪਸੰਦ ਦੀਆਂ ਚੀਜ਼ਾਂ ਵੰਡਦੇ ਹਨ। ਬੱਚੇ ਖੁਸ਼ ਹੁੰਦੇ ਹਨ। ਦਾਦੀ ਅੰਮਾ ਇਸ਼ਨਾਨ ਕਰਕੇ ਥੋੜ੍ਹਾ ਦੇਰ ਆਰਾਮ ਕਰਦੇ ਹਨ, ਠੀਕ ਹੈ, ਥੋੜ੍ਹੀ ਦੇਰ ਆਰਾਮ ਕਰਦੇ ਹਨ। ਸ਼ਾਮ ਦਾ ਵੇਲਾ ਹੁੰਦਾ ਹੈ, ਦਾਦੀ ਅੰਮਾ ਸਾਰੇ ਬੱਚਿਆਂ ਨੂੰ ਆਪਣੇ ਨਾਲ ਬਿਠਾ ਕੇ ਪਾਠ ਕਰਦੇ ਹਨ, ਫਿਰ ਇੱਕ ਸ਼ਬਦ ਪੜ੍ਹਦੇ ਹਨ ਅਤੇ ਬੱਚੇ ਪਿੱਛੇ ਪਿੱਛੇ ਬੋਲਦੇ ਹਨ। ਸ਼ਬਦ ਦੇਖੋ ਜੀ, ਤੁਮ ਮਾਤ ਪਿਤਾ ਹਮ ਬਾਰਿਕ, ਤੇਰੇ ਤੁਮਰੀ ਕਿਰਪਾ ਮੈਂ ਸੁੱਖ ਹਨੇਰੇ, ਯਾਨੀ ਕਿ ਕਹਿੰਦੇ ਨੇ ਕਿ ਪਰਮਾਤਮਾ ਅੱਗੇ, ਮਤਲਬ ਸ਼ਬਦ ਹੈ ਕਿ ਇਹ ਪਰਮਾਤਮਾ ਤੂੰ ਹੀ ਸਾਡਾ ਮਾਤਾ ਹੈ, ਤੂੰ ਹੀ ਪਿਤਾ ਹੈ, ਅਸੀਂ ਤੇਰੇ ਬੱਚੇ ਹਾਂ, ਤੇਰੀ ਕਿਰਪਾ ਨਾਲ ਹੀ ਅਸੀਂ ਸੁੱਖ ਦਾ ਸਾਹ ਲੈ ਸਕਦੇ ਹਾਂ, ਠੀਕ ਹੈ। ਫਿਰ ਸਾਰੇ ਬੱਚਿਆਂ ਨੂੰ ਪਤਾਸ਼ਿਆਂ ਦਾ ਪ੍ਰਸ਼ਾਦ ਵੰਡਦੇ ਹਨ। ਹੁਣ ਤੱਕ ਬੱਚਿਆਂ ਨੂੰ ਸਬਰ ਦਾ ਪਿਆਲਾ ਭਰ ਜਾਂਦਾ ਹੈ, ਉਹ ਇਕੱਠੇ ਬੋਲ ਪੈਂਦੇ ਹਨ। ਦਾਦੀ ਅੰਮਾ ਕਹਾਣੀ ਕਦੋਂ ਸੁਣਾਓਗੇ, ਕਿੰਨੇ ਦਿਨ ਹੋ ਗਏ ਹਨ ਕੋਈ ਕਹਾਣੀ ਨਹੀਂ ਸੁਣਾਈ, ਠੀਕ ਹੈ ਜੀ। ਫਿਰ ਅੱਗੇ ਦਾਦੀ ਅੰਮਾ ਕਹਿੰਦੇ ਨੇ, ਹਾਂ ਜ਼ਰੂਰ, ਅੱਜ ਮੈਂ ਤੁਹਾਨੂੰ ਅਜਿਹੀ ਕਹਾਣੀ ਸੁਣਾਵਾਂਗੀ ਜਿਸ ਨਾਲ ਤੁਹਾਡੀ ਸਮਝ ਦੀ ਵੀ ਪ੍ਰੀਖਿਆ ਹੋ ਜਾਵੇਗੀ। ਚਲੋ ਫਿਰ ਹੋ ਜਾਓ ਤਿਆਰ, ਦਾਦੀ ਅੰਮਾ ਨੇ ਕਿਹਾ। ਸਾਰੇ ਬੱਚੇ ਦਾਦੀ ਅੰਮਾ ਦੇ ਆਲੇ ਦੁਆਲੇ ਬੈਠ ਜਾਂਦੇ ਆ, ਜਿਹਦਾ ਚਿੱਤਰ 'ਚ ਦਿੱਤਾ ਕਿ ਦਾਦੀ ਅੰਮਾ ਵਿਚਕਾਰ ਬੈਠੇ ਨੇ ਔਰ ਬੱਚੇ ਆਲੇ ਦੁਆਲੇ ਬੈਠੇ ਹੋਏ ਨੇ, ਠੀਕ ਹੈ। ਇੱਕ ਵਾਰ ਦਾਦੀ ਜੀ ਅੰਮਾ ਫਿਰ ਉਹਨਾਂ ਨੂੰ ਬੱਚੇ ਨੂੰ ਕਹਾਣੀ ਸੁਣਾਉਂਦੇ। ਦੇਖੋ, ਇੱਕ ਵਾਰ ਇੱਕ ਗੁਰੂ ਨੇ ਆਪਣੇ ਸਾਰੇ ਚੇਲਿਆਂ ਨੂੰ ਬੁਲਾਇਆ ਅਤੇ ਕਿਹਾ, ਦੇਖੋ ਬੱਚਿਓ, ਹੁਣ ਮੈਂ ਬੁੱਢਾ ਹੋ ਗਿਆ ਹਾਂ, ਆਪਣਾ ਵਾਰਸ ਚੁਣਨਾ ਚਾਹੁੰਦਾ ਹਾਂ। ਤੁਹਾਡੇ ਵਿੱਚੋਂ ਕਿਸੇ ਇੱਕ ਨੂੰ ਇਸ ਆਸ਼ਰਮ ਦੀ ਜ਼ਿੰਮੇਵਾਰੀ ਸੌਂਪਣਾ ਚਾਹੁੰਦਾ ਹਾਂ, ਕੀ ਤੁਸੀਂ ਤਿਆਰ ਹੋ? ਠੀਕ, ਕਿਉਂ ਨਹੀਂ ਗੁਰੂ ਜੀ, ਬੱਚੇ ਬੋਲਦੇ ਨੇ ਅੱਗੋਂ, ਕਿਉਂ ਨਹੀਂ ਗੁਰੂ ਜੀ, ਤੁਸੀਂ ਜਿਸ ਨੂੰ ਚਾਹੋ ਚੁਣ ਸਕਦੇ ਹੋ। ਚੇਲਿਆਂ ਨੇ ਗੁਰੂ ਜੀ ਨੂੰ ਜਵਾਬ ਦਿੱਤਾ, ਯਾਨੀ ਕਿ ਜਵਾਬ ਦਿੱਤਾ ਸੀ ਬੱਚਿਆਂ ਨੇ, ਠੀਕ ਹੈ, ਇਸ ਲਈ ਤੁਹਾਨੂੰ ਇੱਕ ਪ੍ਰੀਖਿਆ ਦੇਣੀ ਪਵੇਗੀ, ਯਾਨੀ ਕਿ ਪ੍ਰੀਖਿਆ ਜਿਹੜੀ ਆਪਣੀ ਕਹਾਣੀ ਦਾ ਨਾਮ ਹੈ ਜੀ, ਪ੍ਰੀਖਿਆ। ਮੈਂ ਨਹੀਂ ਚਾਹੁੰਦਾ ਕਿ ਕੋਈ ਬੱਚਾ ਇਹ ਸੋਚੇ ਕਿ ਗੁਰੂ ਨੇ ਉਹਨਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਹੁੰਦਾ ਹੈ ਜੀ, ਫਰਕ, ਕਿ ਗੁਰੂ ਜੀ ਨੇ ਕਿਸੇ ਤਰ੍ਹਾਂ ਦਾ ਫਰਕ ਕੀਤਾ। ਜਿਹੜਾ ਬੱਚਾ ਪ੍ਰੀਖਿਆ ਵਿੱਚੋਂ ਪਾਸ ਹੋਵੇਗਾ ਉਹ ਹੀ ਮੇਰਾ ਵਾਰਿਸ ਅਤੇ ਆਸ਼ਰਮ ਦਾ ਮੁਖੀ ਚੁਣਿਆ ਜਾਵੇਗਾ। ਫਿਰ ਬੱਚੇ ਅੱਗੇ ਕਹਿੰਦੇ ਨੇ, ਮਨਜ਼ੂਰ ਹੈ। ਗੁਰੂ ਜੀ ਨੇ ਚੇਲਿਆਂ ਨੂੰ ਪੁੱਛਿਆ, ਫਿਰ ਗੁਰੂ ਜੀ ਮਨਜ਼ੂਰ ਹੈ। ਸਾਰੇ ਬੱਚੇ ਬੋਲਦੇ ਨੇ ਕਿ ਜੀ ਗੁਰੂ ਜੀ, ਸਾਨੂੰ ਇਹ ਮਨਜ਼ੂਰ ਹੈ। ਸਾਰੇ ਚੇਲੇ ਇਕੱਠੇ ਬੋਲ ਪਏ, ਮੈਂ ਤੁਹਾਨੂੰ ਸਭ ਨੂੰ ਇੱਕ ਇੱਕ ਰੁਪਇਆ ਦੇਵਾਂਗਾ, ਤੁਸੀਂ ਇਸ ਰੁਪਏ ਦੀ ਅਜਿਹੀ ਚੀਜ਼ ਲਿਆਉਣੀ ਹੈ ਜਿਸ ਨਾਲ ਇਹ ਕਮਰਾ ਭਰ ਜਾਵੇ। ਤੁਹਾਡੇ ਕੋਲ ਸ਼ਾਮ ਦਾ ਸਮਾਂ ਹੈ, ਹਨੇਰਾ ਹੋਣ ਤੋਂ ਪਹਿਲਾਂ ਤੁਸੀਂ ਵਾਪਸ ਆਸ਼ਰਮ ਪਹੁੰਚਣਾ ਹੋਵੇਗਾ, ਯਾਨੀ ਕਿ ਪਹਿਲਾਂ ਤੁਸੀਂ ਆਸ਼ਰਮ ਵਾਪਸ ਆਉਣਾ ਪਏਗਾ ਤੁਹਾਨੂੰ, ਠੀਕ ਹੈ ਜੀ। ਅਗੇ ਗੁਰੂ ਜੀ ਦੀ ਆਗਿਆ ਲੈ ਕੇ ਸਾਰੇ ਬੱਚੇ ਆਸ਼ਰਮ ਤੋਂ ਬਾਹਰ ਚਲੇ ਜਾਂਦੇ ਹਨ।
ਬਹੁਤ ਸੋਚਣ ਤੋਂ ਬਾਅਦ ਇੱਕ ਚੇਲੇ ਨੇ 1 ਰੁਪਏ ਦੇ ਸੁੱਕੀ ਘਾਹ ਦੀ ਪੰਡ ਖਰੀਦੀ। ਦੂਜੇ ਨੇ ਬਹੁਤ ਸਾਰੀ ਰੂੰ ਖਰੀਦੀ। ਇਸ ਤਰ੍ਹਾਂ ਹਰ ਕੋਈ ਆਪਣੇ ਆਪਣੇ ਸਮਾਨ ਨਾਲ ਸ਼ਾਮ ਤੱਕ ਆਸ਼ਰਮ ਪਹੁੰਚ ਗਿਆ। ਸਾਰਿਆਂ ਨੇ ਵਾਰੀ ਵਾਰੀ ਕਮਰੇ ਨੂੰ ਭਰਨ ਦੀ ਕੋਸ਼ਿਸ਼ ਕੀਤੀ ਪਰ ਕਮਰਾ ਨਹੀਂ ਭਰਿਆ। ਅੱਛਾ, ਫਿਰ ਗੁਰੂ ਜੀ ਅੱਗੇ ਬੋਲਦੇ ਨੇ, ਅੱਛਾ ਬੱਚਿਓ ਤੁਸੀਂ ਦੱਸੋ ਕਿ ਜੇਕਰ, ਦਾਦੀ ਅੱਗੇ ਬੱਚਿਆਂ ਨੂੰ ਪੁੱਛਦੇ ਨੇ ਕਿ ਬੱਚੇ ਤੁਸੀਂ ਦੱਸੋ ਕਿ ਜੇਕਰ ਇਹ ਸਵਾਲ ਤੁਹਾਡੇ ਅੱਗੇ ਰੱਖਿਆ ਜਾਵੇ ਤਾਂ ਤੁਸੀਂ ਕੀ ਕਰਦੇ ਹੋ? ਦਾਦੀ ਮਾਂ ਨੇ ਕਹਾਣੀ ਨੂੰ ਰੋਕ ਕੇ ਬੱਚਿਆਂ ਨੂੰ ਪੁੱਛਿਆ। ਠੀਕ ਹੈ, ਅਮਨ ਬੋਲੀ, ਦਾਦੀ ਮਾਂ ਮੈਂ ਤਾਂ ਰੂਹ ਬਾਰੇ ਹੀ ਸੋਚਿਆ ਸੀ। ਅੱਗੇ ਅਭੀ ਨੇ ਕਿਹਾ, ਮੈਂ ਤਾਂ ਆਪਣੇ ਸਾਰੇ ਖਿਡੌਣੇ ਲਿਆ ਕੇ ਕਮਰਾ ਭਰ ਦੇਣਾ ਸੀ। ਅੱਗੇ ਅੱਛਾ ਦਾਦੀ ਕਹਿੰਦੀ ਹੈ, ਅੱਛਾ ਦਾਦੀ ਅੱਗੇ ਕਹਾਣੀ ਸੁਣਾਓ। ਫਿਰ ਅੱਗੇ ਬੱਚੇ ਬੋਲਦੇ ਨੇ ਕਿ ਦਾਦੀ ਅੱਗੇ ਕਹਾਣੀ ਸੁਣਾਓ। ਅੱਗੇ ਕੀ ਹੋਇਆ? ਅਨੰਤਦੀਪ ਬੋਲੀ। ਠੀਕ ਹੈ, ਅਨੰਤਦੀਪ ਨੇ ਕਿਹਾ ਕਿ ਦਾਦੀ ਅੱਗੇ ਦੱਸੋ ਕਿ ਕਹਾਣੀ 'ਚ ਕੀ ਹੋਇਆ। ਕੋਈ ਵੀ ਚੇਲਾ ਗੁਰੂ ਜੀ ਨੂੰ ਸੰਤੁਸ਼ਟ ਨਾ ਕਰ ਸਕੇ। ਸੰਤੁਸ਼ਟ ਯਾਨੀ ਕਿ ਖੁਸ਼। ਕੋਈ ਵੀ ਚੇਲਾ ਗੁਰੂ ਜੀ ਨੂੰ ਖੁਸ਼ ਨਾ ਕਰ ਸਕਿਆ ਕਿਉਂਕਿ ਕਿਸੇ ਤੋਂ ਵੀ ਕਮਰਾ ਨਹੀਂ ਭਰਿਆ ਗਿਆ। ਕਮਰੇ ਦਾ ਬਹੁਤ ਵੱਡਾ ਹਿੱਸਾ ਖਾਲੀ ਰਹਿ ਜਾਂਦਾ ਸੀ। ਆਖਿਰ ਗੁਰੂ ਜੀ ਨੇ ਪੁੱਛਿਆ, ਗੋਪਾਲ ਕਿੱਥੇ ਹੈ? ਫਿਰ ਅੱਗੇ ਗੋਪਾਲ ਉੱਥੇ ਆ ਜਾਂਦਾ। ਫਿਰ ਉਹ ਬੋਲਦੇ, ਜੀ ਗੁਰੂਵਰ, ਮੈਂ ਬਸ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸਾਂ, ਗੋਪਾਲ ਨੇ ਕਿਹਾ। ਚਲੋ ਹੁਣ ਮੈਂ ਤਾਂ ਕੇਵਲ ਤੁਸੀਂ ਹੀ ਰਹਿ ਗਏ ਹੋ, ਬਾਕੀ ਸਭ ਨੇ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਪਰ ਕੋਈ ਕਾਮਯਾਬੀ ਨਹੀਂ ਹੋ ਸਕੀ, ਯਾਨੀ ਕਿ ਕੋਈ ਵੀ ਕਾਮਯਾਬ ਨਹੀਂ ਹੋ ਸਕਿਆ। ਫਿਰ ਅੱਗੇ ਗੋਪਾਲ ਬੋਲਦਾ, ਜੀ ਗੁਰੂਵਰ, ਮੈਂ ਹੁਣੇ ਹੀ ਸਾਰਾ ਕਮਰਾ ਭਰ ਦਿੰਦਾ ਹਾਂ। ਇਹ ਕਹਿ ਕੇ ਗੋਪਾਲ ਨੇ ਆਪਣੇ ਨਾਲ ਲਿਆਂਦੀ ਹੋਈ ਇੱਕ ਵੱਡੀ ਮੋਮਬੱਤੀ ਜਗਾ ਦਿੱਤੀ। ਸਾਰਾ ਕਮਰਾ, ਜਿੱਦਾਂ ਚਿੱਤਰ 'ਚ ਦੇਖਿਆ, ਗੁਰੂ ਜੀ ਖੜ੍ਹੇ ਨੇ ਔਰ ਗੋਪਾਲ ਹੈ ਦੂਸਰੇ ਬੱਚੇ ਨੇ। ਠੀਕ ਹੈ, ਗੋਪਾਲ ਮੋਮਬੱਤੀ ਲਿਆ ਕੇ ਪੂਰਾ ਕਮਰਾ ਜਗਾ ਦਿੰਦਾ ਹੈ। ਠੀਕ ਹੈ, ਯਾਨੀ ਕਿ ਜਗਾ ਦਿੱਤਾ, ਸਾਰਾ ਕਮਰਾ ਚਾਨਣ ਨਾਲ ਭਰ ਗਿਆ। ਗੁਰੂ ਜੀ ਨੇ ਖੁਸ਼ ਹੋ ਕੇ ਕਿਹਾ, ਗੋਪਾਲ ਹੀ ਇਸ ਆਸ਼ਰਮ ਦਾ ਮੁਖੀ ਹੋਵੇਗਾ, ਇਹ ਹੀ ਮੇਰਾ ਵਾਰਿਸ ਹੈ। ਮੈਂ ਤੁਹਾਡੇ ਅੱਗੇ ਇੱਕ ਬੁਝਾਰਤ ਪਾਈ ਸੀ ਜਿਹੜੀ ਗੋਪਾਲ ਨੇ ਬੁਝ ਦਿੱਤੀ। ਬੁਝਾਰਤ ਇਹ ਹੈ ਕਿ ਇੱਕ ਚਾਨਣ ਮੋਮਬੱਤੀ ਦਾ ਨਹੀਂ ਗਿਆਨ ਦਾ ਹੈ। ਠੀਕ ਹੈ, ਉਹਨਾਂ ਗੁਰੂ ਜੀ ਨੇ ਅੱਗੇ ਬੱਚਿਆਂ ਨੇ ਕਿਹਾ ਕਿ ਇਹ ਚਾਨਣ ਸਿਰਫ ਮੋਮਬੱਤੀ ਦਾ ਹੀ ਨਹੀਂ ਸੀ, ਇਹ ਤੁਹਾਡੇ ਗਿਆਨ ਦਾ ਵੀ ਸੀ। ਠੀਕ ਹੈ, ਇਸ ਗਿਆਨ ਦੀ ਰੋਸ਼ਨੀ ਨਾਲ ਤੁਸੀਂ ਆਪਣੇ ਹਿਰਦੇ ਨੂੰ ਭਰਨਾ, ਯਾਨੀ ਕਿ ਉਹ ਕਹਿੰਦੇ ਨੇ ਕਿ ਤੁਸੀਂ ਆਪਣੇ ਅੰਦਰਲੇ ਹਿਰਦੇ ਨੂੰ ਭਰਨਾ, ਅਗਿਆਨਤਾ ਦਾ ਹਨੇਰਾ ਅਸੀਂ ਗਿਆਨ ਰੂਪੀ ਰੋਸ਼ਨੀ ਨਾਲ ਹੀ ਦੂਰ ਕਰ ਸਕਦੇ ਹਾਂ। ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਅਗਿਆਨਤਾ ਦਾ ਹਨੇਰਾ ਅਸੀਂ ਰੋਸ਼ਨੀ ਨਾਲ ਹੀ ਦੂਰ ਕਰ ਸਕਦੇ ਹਾਂ। ਸੋ ਪਿਆਰੇ ਬੱਚਿਓ, ਵੱਧ ਤੋਂ ਵੱਧ ਧਿਆਨ ਹਾਸਲ ਕਰੋ। ਠੀਕ ਹੈ, ਦੁਨੀਆ ਦੀ ਵਧੀਆ ਤੋਂ ਵਧੀਆ ਪੁਸਤਕਾਂ ਪੜ੍ਹੋ। ਇਸ ਸਮਾਜ ਵਿੱਚ ਨਫ਼ਰਤ ਦੇ ਅੰਧਕਾਰ ਨੂੰ ਮਿਟਾ ਕੇ ਪਿਆਰ ਰੂਪੀ ਚਾਨਣ ਵੰਡੋ। ਠੀਕ ਹੈ ਬੱਚਿਓ, ਇਹ ਸੀ ਸਾਡੀ ਕਵਿਤਾ ਜੋ ਕਿ ਕਹਾਣੀ ਸੀ ਜੋ ਕਿ ਦਾਦੀ ਮਾਂ ਬੱਚਿਆਂ ਨੂੰ ਸੁਣਾ ਰਹੇ ਸੀ। ਠੀਕ ਹੈ ਜੀ, ਸਮਝ ਤਾਂ ਆਈ ਹੋਣੀ ਤੁਹਾਨੂੰ। ਠੀਕ ਹੈ, ਪੜ੍ਹ ਕੇ ਅੱਗੇ ਦੇਖੋ ਜੀ, ਦੇ ਸ਼ਬਦ ਅਤੇ ਅਰਥ। ਉੱਧਰ ਜਾਣਾ ਮਿਸ, ਉਦਾਸ ਹੋ ਜਾਣਾ, ਰਾਵਣੇ ਪੌਣੇ ਬੱਚੇ, ਜਿੱਦਾਂ ਮੈਂ ਤੁਹਾਨੂੰ ਪਿੱਛੇ ਦੱਸਿਆ ਸੀ, ਹਨੇਰੇ ਕੀ ਬਹੁਤ ਜ਼ਿਆਦਾ। ਠੀਕ ਹੈ, ਸਬਰ ਦਾ ਪਿਆਲਾ ਭਰ ਜਾਣਾ, ਯਾਨੀ ਕਿ ਉਡੀਕ ਦੀਆਂ ਘੜੀਆਂ ਖਤਮ ਹੋ ਜਾਣਾ ਜਾਂ ਧੀਰਜ ਖਤਮ ਹੋ ਜਾਣਾ। ਠੀਕ ਹੈ, ਜਾਂ ਅੰਸਰ ਉਡੀਕ ਦੀ ਘੜੀਆਂ ਖਤਮ ਹੋ ਜਾਣੀਆਂ। ਅੱਗੇ ਵਾਰਸ ਹੁੰਦਾ ਜੋ ਮਰਨ ਤੋਂ ਬਾਅਦ ਕਾਨੂੰਨ ਤੌਰ ਤੇ ਮਾਲਕ ਹੋਵੇ ਜਾਂ ਉੱਤਰਾਧਿਕਾਰੀ।
अगे वितकरा वितकर होंगी भेदभाव ज फर्क अंधकार होंगे हनेरा ज अज्ञानता। ठीक है बच्चों अगे ने साडे अभ्यास दे क्वेश्चन कि ने दिते गए शब्दों का शुद्ध उच्चारण करो जिमें चिंबड़ना फिर है उदारना स्नान प्रसाद कनेरे संतुष्ट। ठीक है जी उस तो बाद देखो जी इन्हें तो लिखती दिते उन्हें नंबर यानी कि सही विकल्प अगे टिक का निशान लगाओ जिदा कि पहले पार्ट च सी इदा ही अगले पार्ट च इन्हें एक दिता इन्हें एक क्वेश्चन पूछा तो दो ऑप्शन दी उन्होंने सही थे अपने टिक का निशान लगाना है जिमें उड़ा देखो जी दादी माँ ने बच्चों नू कादा प्रसाद वंडिया सी लड्डुआ का वंडे से कि पतासिया का पतासिया का। ठीक है पतासा का सही आंसर है। आला देखो जी गुरु जी ने अपना वारिस किस नू चुनिया गोपाल नू चुने से किसी होर नू का सही आंसर है गोपाल। ईड़ी एक चेले ने एक रुपए का की खरीदया फुल तो किसी ने खरीदे नहीं सी घा ही खरीदे से ना घा दांडी खरीदी हुई सी। ठीक है बच्चे ऐसे तीन क्वेश्चन उस तो बाद देखो जी अगे दिते गए प्रश्न के उत्तर यानी कि प्रश्न दिते हुए ने तो उन्होंने उत्तर आपने दसने ने। ठीक है पहला प्रश्न देखो जी उड़ा प्रश्न गोपाल ने कमरा भरन लई की कीता सी। ठीक है कि गोपाल ने कमरा भरन लई की कीता सी दा सही उत्तर देखो जी गोपाल ने कमरा भरन लई एक वड्डी मोमबत्ती जला के सारे कमरे नू रोशनी नाल भर दिता यानी कि गोपाल एक बहुत वड्डी मोमबत्ती लिया सी ते उसने मोमबत्ती जला के पूरा कमरा रोशनी नाल भर दिता। दूजा देखो जी जो सारे सारे चेले असफल हो गए असफल मतलब हार गए ठीक है निराश हो गए तो गुरु जी ने किस बारे पूछा इहदा सही उत्तर है जी जो सारे चेले असफल हो गए तो गुरु जी ने गोपाल दे बारे पूछा सी जो अपनी वारी दी उड़ीक च सी। ठीक है जी तीजा देखो जी ईडी कुप्रेशन गुरु जी ने चेलियां नू किन्ने रुपए दिते। ठीक है इधर सही उत्तर है गुरु जी ने चेलियां नू एक एक रुपये रुपया दिता सी। ठीक है उन गुरु जी ने सारे चेलियां नू ही एक एक रुपए दिता सी। ठीक है बच्चों ऐसे साढ़े प्रश्न उत्तर और पिछे अपने जो यानी कि टिक के निशान नाले क्वेश्चन देखे ने अभ्यास चो अगे ने जी सही शब्द सुन के खाली थां भरो खाली थां दी भी ऑप्शन दित्ती हुई ने और खाली थां दित्ती हुई ने ऑप्शन च ही अपने एक फिल करना है जिवें देखो जी कूड़ा मेनू कहानी सुनना डैश लगता है चंगा लगता है कि माड़ा लगता है चंगा कि कहानी सुनने सारे नु ही चंगिया लगदिया हैं। आड़ा देखो जी मेनू पुस्तक पढ़ना डैश लगता है पुस्तक पढ़ने में चंगी लगदिया ने ना कि होंगे पुस्तक पढ़निया चंगी लगदिया यानी कि चंगा लगता है। ईड़ी देखो जी पुस्तक पढ़न नाल डैश च वाधा होंगे है अज्ञान च होंगे कि ज्ञान च ठीक है ज्ञान च ही पुस्तक पढ़न नाल ज्ञान च ही वाधा होंदा है। अगे देखो जी मेनू मेरे दादी जी ने डैश लगते हैं दादी जी चंगे लगते ने ना सारे बच्चे कहते हैं कि मेनू मेरे दादी जी बहुत चंगे लगते हैं। ठीक है बच्चो ऐसे साढ़े अभ्यास के क्वेश्चन अगे देखो जी व्याकरण यानी कि भाषा बोध व्याकरण भी दिती हुई है जिम्मे व्याकरण भी तुम्हें नाल दी नाल ही करवाती है। देखो जी उदाहरण दे के बाकी शब्द लिखो जिमें बच्चा बच्चे पतासा पतासे कहानी
कहानियां, दादी दादियां। अगे देखो जी, प्याला प्याले, मोमबत्ती मोमबत्तियां, चेला चेले, जिम्मेवारी जिम्मेवारियां, कमरा कमरे, वाही सॉरी वारी वारियां, यानी कि एक चीज की वारी एक सड़ के बार बार वारी आती है। ठीक है बच्चों, ऐसी साढ़ा दूजा पाठ जिसका नाम से परीक्षा। ओके जी, थैंक यू।